ਤੁਹਾਡਾ ਸਾਰਿਆਂ ਦਾ ਸਵਾਗਤ ਆ ਸਾਰੇ ਮੇਰੇ ਭਰਾਵਾਂ ਦਾ ਮੀਡੀਆ ਵਾਲਿਆਂ ਦਾ ਤੇ ਖਾਸ ਤੌਰ ਤੇ ਜੋ ਮੈਨੂੰ ਦੇਖ ਰਹੇ ਨੇ ਲਾਈਵ ਮੇਰੇ ਭੈਣ ਭਰਾ ਉਹਨਾਂ ਦਾ ਸਵਾਗਤ ਕਰਦਾ ਅੱਜ ਜਿਹੜੀ ਗੱਲ ਕਰ ਰਹੀ ਹਾਂ ਉਹ ਇੱਕ ਨੈਗੇਟਿਵ ਪੋਲਿਟਿਕਸ ਤੇ ਪੋਜ਼ਿਟਿਵ ਪੋਲਿਟਿਕਸ ਵਿਚਾਰਧਾਰਾ ਦਾ ਨਕਾਰਾਤਮਕ ਸੋਚ ਕੀ ਆ ਕਿ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਹਜੇ ਵੀ ਮੈਨੂੰ ਆਪਦਾ ਵਿਰੋਧੀ ਉਮੀਦਵਾਰ ਹੀ ਸਮਝੀ ਜਾਂਦੇ ਨੇ ਤੇ ਮੈਂ ਉਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਉਹ ਵਿਰੋਧੀ ਉਮੀਦਵਾਰ ਨਹੀਂ ਹੈਗੇ ਇਸ ਟਾਈਮ ਉਹ ਪੰਜਾਬ ਦੇ ਮੁੱਖ ਮੰਤਰੀ ਬਣ ਚੁੱਕੇ ਨੇ ਤੇ ਮੈਂ ਇੱਕ ਹਾਰਿਆ ਹੋਇਆ ਇੱਕ ਆਮ ਧੂਰੀ ਦਾ ਨਾਗਰਿਕ ਹਾਂ ਅੱਜ ਦੇ ਸਮੇਂ ਤਾਂ ਕੱਲ੍ਹ ਇੱਕ ਉਹਨਾਂ ਨੇ ਪਰਸੋਂ ਪ੍ਰੈਸ ਕਾਨਫਰੰਸ ਕਰੀ ਤਾਂ ਉਹਨਾਂ ਨੇ ਗੱਲ ਕਰੀ ਟੋਲ ਪਲਾਜ਼ੇ ਦੀ ਠੀਕ ਹੈ ਤਾਂ ਮੈਂ ਉਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਜਦੋਂ ਇਹ ਟੋਲ ਪਲਾਜ਼ਾ ਜਦੋਂ ਮੈਂ ਲੜਾਈ ਲੜ ਰਿਹਾ ਸੀ ਉਦੋਂ ਮੈਂ MLA ਵੀ ਨਹੀਂ ਸੀ ਜਦੋਂ ਦੀ ਮੈਂ ਲੜਾਈ ਲੜ ਰਿਹਾ ਸੀ ਪਰ ਇੱਕ ਜ਼ੁਬਾਨ ਦੀ ਗੱਲ ਸੀ ਇੱਕ ਲੀਡਰ ਦੀ ਕਹੀ ਹੋਈ ਗੱਲ ਤੇ ਫੁੱਲ ਚੜ੍ਹਾਉਣ ਵਾਲੀ ਗੱਲ ਸੀ ਵੀ ਜਦੋਂ ਮੈਂ ਜਿੱਤਿਆ ਤੇ ਜਿੱਤਣ ਤੋਂ ਬਾਅਦ ਮੈਂ ਉਹਦੇ ਲੋਕਾਂ ਨੂੰ ਕਿਹਾ ਸੀ ਵੀ ਮੈਂ ਤੁਹਾਡਾ ਇਸ ਟੋਲ ਪਲਾਜ਼ੇ ਤੋਂ ਛੁਟਕਾਰਾ ਦਵਾ ਕੇ ਰਹਾਂਗਾ ਤੇ ਉਹ ਛੁਟਕਾਰਾ ਫਿਰ ਮੈਂ ਉੱਥੇ ਸੜਕ ਬਣਾ ਕੇ ਆਪਦੇ ਆਪ ਪੈਸੇ ਇਕੱਠੇ ਕਰਕੇ ਕੋਈ ਸਰਕਾਰੀ ਪੈਸਾ ਨਹੀਂ ਵਰਤਿਆ ਗਿਆ ਆਪ ਪੈਸੇ ਇਕੱਠੇ ਕਰਕੇ ਬਰਾਬਰ ਦੀ ਸੜਕ ਬਣਾ ਕੇ ਦਿੱਤੀ ਜਿੰਨੇ ਜੋਗਾ ਮੈਂ ਸੀਗਾ ਮੈਂ ਕਰਿਆ ਮੈਂ ਉਹਦੀ ਪਾਰਟੀ ਦੇ ਉਲਟ ਜਾ ਕੇ ਉਹਦੇ ਤੇ ਮੈਂ ਅੱਜ ਵੀ ਤੁਹਾਨੂੰ ਪਤਾ ਵੀ ਕੰਪਲੇਂਟਾਂ ਵੀ ਨੇ ਕੇਸ ਵੀ ਚੱਲ ਰਹੇ ਨੇ ਸਭ ਕੁਛ ਮੈਂ ਝੱਲਿਆ ਤੇ ਪਰ ਮੈਂ ਉਹਦੇ ਨਾਲ ਨਾਲ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਸਰਦਾਰ ਸਾਹਿਬ ਤੁਸੀਂ ਉਦੋਂ ਲੋਕ ਸਭਾ ਮੈਂਬਰ ਸੀ ਤੁਸੀਂ ਨੇ ਕੀ ਉਪਰਾਲਾ ਕਰਿਆ ਮੈਂ ਤਾਂ 5 ਸਾਲ ਸੀ ਤੁਸੀਂ ਤਾਂ 10 ਸਾਲ ਲੋਕ ਸਭਾ ਦੇ ਮੈਂਬਰ ਸੀ ਉਸ ਤੋਂ ਬਾਅਦ ਮੈਂ ਤੁਹਾਡੀ ਗੱਲ ਕਰਨੀ ਚਾਹਾਂਗਾ ਕਿ ਜਦੋਂ ਤੁਸੀਂ ਮੈਂਬਰ ਪਾਰਲੀਮੈਂਟ ਸੀ ਜਦੋਂ ਕੋਰੋਨਾ ਦਾ ਕਾਰਜਕਾਲ ਸੀ ਪਹਿਲੇ ਦਿਨ ਜੇ ਕਿਸੇ ਲੀਡਰ ਨੇ ਆਪਦੀ ਕੋਈ ਗੱਲ ਰੱਖੀ ਜਾਂ ਲੋਕਾਂ ਦੀ ਹਿੱਤ ਚ ਖੜਾ ਹੋਇਆ ਤਾਂ ਉਹ ਦਲਵੀਰ ਸਿੰਘ ਗੋਲਡੀ ਸੀ ਤੁਸੀਂ ਸਿਰਫ ਉੱਥੋਂ ਜ਼ੂਮ ਕੈਮਰੇ ਰਾਹੀਂ ਲੋਕਾਂ ਨਾਲ ਗੱਲਾਂ ਕਰਦੇ ਸੀ ਜਿੰਨਾ ਟਾਈਮ ਕੋਰੋਨਾ ਦਾ ਪ੍ਰਕੋਪ ਰਿਹਾ ਉਹਨਾਂ ਟਾਈਮ ਦਲਵੀਰ ਸਿੰਘ ਗੋਲਡੀ ਤੇ ਉਹਦਾ ਟੱਬਰ ਲੋਕਾਂ ਦੇ ਵਿੱਚ ਰਿਹਾ ਉਦੋਂ ਬਾਅਦ ਮੈਂ ਗੱਲ ਕਰਨ ਲੱਗਿਆ ਕਿਸਾਨਾਂ ਦੀ ਜੇ ਧੂਰੀ ਤੋਂ ਜਾਂ ਪੂਰੇ ਹਿੰਦੁਸਤਾਨ ਚ ਜੇ ਕਿਸੇ ਨੇ ਟੋਲ ਪਲਾਜ਼ੇ ਦੇ ਬਰਾਬਰ ਸੜਕ ਬਣਾਈ ਹੈ ਤਾਂ ਉਹ ਸਿਰਫ ਇੱਕੋ ਹੀ ਤੁਹਾਡਾ ਇਹ ਭਰਾ ਕਹਿ ਲਓ ਜਿਹਨੇ ਐਗਜ਼ਾਮਪਲ ਸੈੱਟ ਕਰੀ ਸੀ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਜੇ ਕਿਸਾਨੀ ਧਰਮ ਦੇ ਵਿੱਚ ਕੋਈ ਪੈਦਲ ਗਿਆ ਤਾਂ ਉਹ ਵੀ ਤੁਹਾਡਾ ਇਹੀ ਭਰਾ ਸੀ ਤੇ 2 ਵਾਰ ਪੈਦਲ ਗਿਆ ਧੂਰੀ ਤੋਂ ਟਿੱਕਰੀ ਤੇ ਧੂਰੀ ਤੋਂ ਸਿੰਘੂ ਤੇ ਪੂਰੇ ਪਰਿਵਾਰ ਤੇ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਉਦੋਂ ਤੁਸੀਂ ਕਿੱਥੇ ਸੀ ਤੇ ਅੱਜ ਜਦੋਂ ਤੁਸੀਂ ਮੁੱਖ ਮੰਤਰੀ ਬਣ ਗਏ ਤੇ ਜਦੋਂ ਟੋਲ ਪਲਾਜ਼ੇ ਦਾ ਟਾਈਮ ਪੂਰਾ ਹੋ ਗਿਆ ਤੁਸੀਂ ਉਹਨੂੰ ਬੰਦ ਕਰਾਤਾ ਤੇ ਆਪਦੇ ਆਪ ਹੀ ਪਿੱਠ ਥਾਪੜੀ ਜਾਂਦੇ ਹੋ ਕਿੰਨਾ ਕੁ ਟਾਈਮ ਯਾਨੀ ਕਿ ਨੈਗੇਟਿਵ ਪੋਲਿਟਿਕਸ ਤੋਂ ਨਿਕਲੋ ਹੁਣ ਤੁਸੀਂ ਮੁੱਖ ਮੰਤਰੀ ਬਣ ਗਏ ਕਿੰਨਾ ਕੁ ਟਾਈਮ ਦਲਵੀਰ ਸਿੰਘ ਗੋਲਡੀ ਦੇ ਮੋਢੇ ਤੇ ਰੱਖ ਕੇ ਚਲਾਈ ਜਾਓਗੇ ਤਾਂ ਤੁਸੀਂ ਆਪਦੇ ਵਿਚਾਰ ਦੱਸੋ ਵੀ ਤੁਸੀਂ ਕੀ ਕਰਵਾਉਣਾ ਚਾਹੁੰਦੇ ਹੋ ਲੋਕਾਂ ਲਈ ਕੀ ਕਰਨਾ ਚਾਹੁੰਦੇ ਹੋ ਉਹਦੇ ਨਾਲ ਨਾਲ ਇੱਕ ਹੋਰ ਜਿਹੜੀ ਗੱਲ ਕਿਸੇ ਟਾਈਮ ਮੇਰੀ ਵਾਈਫ ਨੇ ਇੱਕ ਪ੍ਰੈਸ ਕਾਨਫਰੰਸ ਕਰੀ ਸੀ ਉਦੋਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਇਹਦੇ ਕੋਲ ਕੀ ਸੰਵਿਧਾਨਕ ਅਹੁਦਾ ਵੀ ਵਾਈਫ ਕਿਉਂ ਪ੍ਰਚਾਰ ਕਰ ਰਹੀ ਆ ਤਾਂ ਪਰਸੋਂ ਮੈਨੂੰ ਹੈਰਾਨੀ ਹੋਈ ਵੀ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਵੀ ਮੈਥੋਂ ਤਾਂ ਨਹੀਂ ਆਇਆ ਜਾਣਾ ਵੀ ਮੇਰੀ ਜਗ੍ਹਾ ਤੇ ਮੇਰੀ ਨਵੀਂ ਪਤਨੀ ਧਰਮ ਪਤਨੀ ਤੇ ਮੇਰੀ ਮਾਤਾ ਜੀ ਤੇ ਮੇਰੀ ਭੈਣ ਜੀ ਆਇਆ ਕਰਨਗੇ ਤਾਂ ਮੈਂ ਪੁੱਛਣਾ ਚਾਹੁੰਦਾ ਵੀ ਉਹਨਾਂ ਕੋਲ ਕਿਹੜਾ ਸੰਵਿਧਾਨਕ ਅਹੁਦਾ ਫਿਰ ਉਹਨਾਂ ਕੋਲ ਕਿਹੜਾ ਸੰਵਿਧਾਨਕ ਅਹੁਦਾ ਤਾਂ ਆਪਦੀਆਂ ਕਹੀਆਂ ਹੋਈਆਂ ਗੱਲਾਂ ਤੇ ਗੌਰ ਫਰਮਾਓ ਥੋੜਾ ਜਿਹਾ ਵੀ ਤੁਸੀਂ ਕਿਸ ਤਰੀਕੇ ਨਾਲ ਕੀ ਗੱਲਬਾਤ ਕਰਨਾ ਚਾਹ ਰਹੇ ਹੋ ਉਦੋਂ ਬਾਅਦ ਇਹਨਾਂ ਦੇ ਮੈਂ ਨਹੀਂ ਭੁੱਲਿਆ ਮੁੱਖ ਮੰਤਰੀ ਸਾਹਿਬ ਜਦੋਂ ਮੈਂ ਹਾਰਿਆ ਮੈਂ ਕਬੂਲ ਕਰਦਾ ਮੇਰੇ ਤੋਂ ਕੋਈ ਕਮੀਆਂ ਰਹੀਆਂ ਹੋਣਗੀਆਂ ਤਾਂ ਮੈਂ ਹਾਰਿਆ ਪਰ ਤੁਹਾਡੇ ਕੋਲ ਸਮਾਂ ਤੁਹਾਨੂੰ ਲੋਕਾਂ ਨੇ ਬਹੁਤ ਵੋਟਾਂ ਪਾ ਕੇ ਜਿਤਾਇਆ ਤੁਹਾਡੇ ਤੋਂ ਉਮੀਦ ਆ ਕੱਲ੍ਹ ਜਦੋਂ ਤੁਸੀਂ ਧੂਰੀ ਵਾਲਿਆਂ ਨੂੰ ਮਿਲ ਰਹੇ ਸੀ ਨਾ ਕਿਸੇ ਟਾਈਮ ਤਾਂ ਤੁਸੀਂ ਸੁੰਮੂ ਦੇ ਉੱਤੇ ਬੈਠ ਕੇ ਕਿਵੇਂ ਜੱਫੀਆਂ ਪਾਉਂਦੇ ਸੀ ਕੱਲ੍ਹ ਤੁਹਾਡੇ ਤੇ ਲੋਕਾਂ ਦੇ ਵਿੱਚ ਤਿੰਨ ਤਿੰਨ ਬੈਰੀਗੇਟ ਤੇ ਤੁਸੀਂ ਲੋਕਾਂ ਨੂੰ ਬੋਲਣ ਨਹੀਂ ਸੀ ਦੇ ਰਹੇ ਤੁਸੀਂ ਕਹਿ ਰਹੇ ਸੀ ਉਹ ਚੁੱਪ ਕਰ ਪਹਿਲਾਂ ਮੇਰੀ ਗੱਲ ਸੁਣ ਜੇ ਮੇਰੀ ਨਹੀਂ ਸੁਣਦੀ ਤਾਂ ਮੈਂ ਚੱਲਿਆ ਕੱਲ੍ਹ ਦੇ ਭਗਵੰਤ ਮਾਨ ਦੇ ਵਿਅਕਤਿਤਵ ਚ ਤੇ ਪੁਰਾਣੇ ਭਗਵੰਤ ਮਾਨ ਦੇ ਵਿਅਕਤਿਤਵ ਚ ਚਾਹੇ ਉਹਨਾਂ ਦੇ ਲੋਕ ਕੁਛ ਵੀ ਕਹੀ ਜਾਣ ਪਰ ਜ਼ਮੀਨ ਅਸਮਾਨ ਦਾ ਫਰਕ ਸੀ ਜ਼ਮੀਨ ਅਸਮਾਨ ਦਾ ਫਰਕ ਸੀ ਸੋ ਇੱਕ ਗੱਲ ਤੁਸੀਂ ਨੇ ਕਹੀ ਕਿ ਲੋਕਾਂ ਗੇਟਾਂ ਨੂੰ ਜਿੰਦੇ ਲਵਾ ਦੇ ਇਹ ਦਲਵੀਰ ਸਿੰਘ ਗੋਲਡੀ ਦਾ ਘਰ ਹੈ ਜੀ ਬਾ ਪਰਮਾਤਮਾ ਨਾਲ ਜਿੰਦਾ ਲਾਵੇ
उस तो बिना किसी की ताकत नहीं। 12 घंटे मेरा गेट खुला रहिंदा, सारे पता चाह दे टाइम चाह, रोटी दे टाइम रोटी, ते सेवा निरंतर चलती रहूगी, कोई इनू बंद नहीं कर सकता। ते मैं अगे नालों भी तकड़ा होके दुगने तरीके नाल होर सेवा करांगा। ते मैं एक गल कहनी चाहना इहदे नाल नाल कि रोज दी आ नेगेटिव पॉलिटिक्स क्यों करते हो हर रोज दी। आओ आपां तुसीं आपदा ताम चाम लियाओ, विजिलेंस वाला सारा आ लाइव होवे, लोग सारे देखण कि की आ, कल्ली कल्ली चीज मेरी चेक करी जावे, ठीक है। ते पर उहदे च इक शर्त आ ਵੀ ਜੇ ਤਾਂ ਮੈਂ ਗੁਨੇਗਾਰ ਹੋਇਆ ਮੈਂ ਸਾਰੀ ਉਮਰ ਲਈ ਰਾਜਨੀਤੀ ਛੱਡ ਦੂੰ, ਠੀਕ ਹੈ ਨਾ। ਪਰ ਜਿੰਨਾ ਮੇਰੇ ਤੇ ਕਰਜ਼ਾ ਹੋਇਆ ਤੇ ਫਿਰ ਮੁੱਖ ਮੰਤਰੀ ਸਾਹਿਬ ਤੁਸੀਂ ਤੇ ਥੋੜੀ ਵਿਜੀਲੈਂਸ ਮੋੜਿਓ ਜਿਹੜਾ ਮੇਰੇ ਤੇ ਚੜਿਆ ਹੋਇਆ, ਕਿਉਂਕਿ ਨੈਗੇਟਿਵ ਬੋਲ ਬੋਲ ਕੇ ਆਪਾਂ ਇੱਕ ਛਵੀ ਖਰਾਬ ਕਰਕੇ ਪੋਲੀਟਿਕਸ ਦੇ ਵਿੱਚ ਨਹੀਂ ਆਪਾਂ ਨੂੰ ਜਾਣਾ ਚਾਹੀਦਾ। ਆਪਾਂ ਨੂੰ ਕੋਈ ਪੋਜ਼ਿਟਿਵ ਗੱਲਾਂ ਕਰਨੀਆਂ ਚਾਹੀਦੀਆਂ ਨੇ, ਲੋਕ ਤੁਹਾਡੇ ਤੋਂ ਉਮੀਦ ਰੱਖ ਰਹੇ ਨੇ ਕਿ ਤੁਸੀਂ ਨੇ ਕੀ ਕਰ। ਕਈ ਸਰਪੰਚਾਂ ਨੂੰ ਸਸਪੈਂਡ ਕਰਿਆ ਜਾ ਰਿਹਾ, ਕਈ ਮੇਰੇ ਸਾਥੀਆਂ ਨੂੰ ਡਰਾਇਆ ਜਾ ਰਿਹਾ, ਪਰ ਕੋਈ ਕੋਈ ਫਰਕ ਨਹੀਂ ਇਹਦੇ ਨਾਲ, ਕੋਈ ਫਰਕ ਨਹੀਂ। ਮੈਂ ਸਮਝਦਾ ਕਿ ਇਨਸਾਨ ਦੀ ਜੇ ਤੋੜ ਹੁੰਦੀ ਹੈ ਜਦੋਂ ਵਿਰੋਧੀ ਧਿਰਾਂ ਦੇ ਨਾਲ ਆ ਕੇ ਖੜਨ, ਧੱਕੇ ਨਾਲ ਤਾਂ ਤੁਸੀਂ ਸਰਕਾਰ ਨੂੰ ਮੇਰੇ ਤੇ ਜਿਹੜਾ ਕੋਈ ਮਰਜ਼ੀ ਕਰ ਦਿਓ, ਮੈਨੂੰ ਪਤਾ ਇਹ ਕੁਛ ਵੀ ਕਰ ਸਕਦੇ ਹੋ ਤੁਸੀਂ, ਤੁਹਾਡੇ ਕੋਲ ਤਾਕਤ ਆ, ਠੀਕ ਹੈ ਨਾ, ਤੁਸੀਂ ਕੁਛ ਵੀ ਕਰ ਸਕਦੇ ਹੋ, ਕਿਸੇ ਦੀ ਵੀ ਬਾਂਹ ਮਰੋੜ ਸਕਦੇ ਹੋ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੈਂ ਯੂਨੀਵਰਸਿਟੀ 2000 ਤੋਂ ਕਲਾਸ ਦੇ ਮੋਨੀਟਰ ਤੋਂ ਸ਼ੁਰੂ ਹੋਇਆ ਹੋਇਆ, ਤੇ ਕਾਲਜ ਦਾ ਪ੍ਰਧਾਨ, ਤੇ ਯੂਨੀਵਰਸਿਟੀ ਦਾ ਪ੍ਰਧਾਨ, ਫਿਰ ਯੂਥ ਕਾਂਗਰਸ, ਫਿਰ 12 ਚ ਟਿਕਟ ਮੰਗੀ, ਫਿਰ 14 ਚ ਮੰਗੀ, ਫਿਰ 17 ਚ ਜਾ ਕੇ ਮਿਲੀ ਤੁਹਾਡੇ, ਤਾਂ ਅਚਾਨਕ ਹੀ ਤੁਹਾਨੂੰ ਸਿੱਧਾ ਮੁੱਖ ਮੰਤਰੀ ਜਿਹੜਾ ਅਹੁਦਾ ਮਿਲ ਗਿਆ, ਤੁਹਾਡੇ ਲਈ ਬੜੀ ਸੌਖੀ ਚੀਜ਼ ਆ। ਤੇ ਇਹ ਬੜਾ ਸੀਰੀਅਸ ਪ੍ਰੋਫੈਸ਼ਨ ਆ ਰਾਜਨੀਤੀ, ਬਹੁਤ ਸੀਰੀਅਸ ਪ੍ਰੋਫੈਸ਼ਨ ਦੇ ਵਿੱਚੋਂ ਇਹ ਆਉਂਦਾ, ਕਿਉਂਕਿ ਇਹਦੇ ਨਾਲ ਹੀ ਸਟੇਟ ਚੱਲਦੀ ਹੈ ਸਾਰੀ। ਤੇ ਮੈਨੂੰ ਲੱਗਦਾ ਹੁਣ ਸਮਾਂ ਕਿ ਆਪਾਂ ਸੀਰੀਅਸ ਪ੍ਰੋਫੈਸ਼ਨ ਨੂੰ ਸੀਰੀਅਸ ਤਰੀਕੇ ਨਾਲ ਲਿਆ ਜਾਵੇ, ਨਾ ਕਿ ਆਪਾਂ ਕਦੋਂ ਤੱਕ ਕਾਂਗਰਸ ਅਕਾਲੀਆਂ ਦੇ ਵਿਰੁੱਧ ਬੋਲੀ ਜਾਊ, ਅਕਾਲੀ ਕਾਂਗਰਸ ਦੇ ਵਿਰੁੱਧ ਬੋਲੀ ਜਾਣਗੇ, ਆਮ ਆਦਮੀ ਕਾਂਗਰਸ ਦੇ ਵਿਰੁੱਧ ਬੋਲੀ ਜਾਊ, ਕਾਂਗਰਸ ਵਾਲੇ ਫਲਾਣਿਆਂ ਦੇ ਵਿਰੁੱਧ ਬੋਲੀ ਜਾਣਗੇ। ਹੁਣ ਲੋਕ ਸਹੀ ਗੱਲ ਪੁੱਛਣਾ ਚਾਹ ਰਹੇ ਨੇ, ਤੇ ਮੈਂ ਉਹ ਨਵੀਂ ਰਾਜਨੀਤੀ ਦੀ ਸ਼ੁਰੂਆਤ ਕਰ ਰਿਹਾ। ਤੇ ਤੁਹਾਨੂੰ ਇੱਕ ਪੋਜ਼ਿਟਿਵ ਤੇ ਨੈਗੇਟਿਵ ਸੋਚ ਦੇ ਵਿੱਚ ਫਰਕ ਦਿਖਾਉਂਗਾ। ਆਓ ਹੁਣ ਮੈਂ ਤੁਹਾਨੂੰ ਦੱਸਣਾ, ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਕੀ ਕਰੋ। ਧੂਰੀ ਦਾ ਇੱਕ ਵੋਟਰ ਹੋਣ ਦੇ ਨਾਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਹਾਨੂੰ ਤਾਂ ਸ਼ਾਇਦ ਨਾ ਪਤਾ ਹੋਵੇ, ਤੁਹਾਡੇ ਤੱਕ ਗੱਲਾਂ ਨਾ ਪਹੁੰਚਦੀਆਂ ਹੁਣ, ਪਰ ਮੈਂ ਦੱਸਣਾ ਚਾਹੁੰਦਾ, ਜਿਹੜੇ ਤੁਸੀਂ ਵਾਰ ਵਾਰ ਓਵਰ ਬ੍ਰਿਜ ਦੀ ਗੱਲ ਕਰ ਰਹੇ ਹੋ ਨਾ, ਮੈਂ ਉਹ ਅੰਡਰ ਬ੍ਰਿਜ ਪਾਸ ਕਰਵਾਇਆ ਹੋਇਆ, ਠੀਕ ਹੈ। ਅੰਡਰ ਬ੍ਰਿਜ ਨਾਲ ਕੋਈ ਦੁਕਾਨ ਨੂੰ ਨੁਕਸਾਨ ਨਹੀਂ ਹੋਊਗਾ, ਸਾਰਾ ਬਾਜ਼ਾਰ ਬਚੂਗਾ, ਕੋਈ ਐਕਸਟਰਾ ਉਹਦੇ ਤੇ ਖਰਚਾ ਨਹੀਂ ਆਉਣਾ, ਤੇ ਸਾਰਾ ਉਹ ਚੀਜ਼ ਬਣੀ ਹੋਈ ਹੈ, ਕਿਰਪਾ ਕਰਕੇ ਉਹ ਅੰਡਰ ਬ੍ਰਿਜ ਬਣਾਇਆ ਜਾਵੇ। ਦੂਸਰਾ, ਦੋਲੇ ਵਾਲੇ ਫਾਟਕਾਂ ਤੇ ਓਵਰ ਬ੍ਰਿਜ ਬਣਨਾ ਚਾਹੀਦਾ, ਜਿਹੜੀ ਸਾਰੇ ਪਿੰਡਾਂ ਦੀ ਮੰਗ ਹੈ ਇਧਰਲਿਆਂ ਦੀ, ਕਿਉਂਕਿ ਮੈਂ ਤਾਂ MLA ਸੀ, ਜੇ ਮੈਂ ਉਹ ਚੀਜ਼ਾਂ ਨਾ ਕਰਵਾ ਸਕਿਆ ਤਾਂ ਹੀ ਅੱਜ ਮੈਂ ਹਾਰ ਕੇ ਬੈਠਿਆ। ਤੁਸੀਂ ਤਾਂ ਮੁੱਖ ਮੰਤਰੀ ਹੋ, ਤੁਸੀਂ ਜੇ ਅੱਜ ਕਹਿ ਦੋਗੇ ਤਾਂ ਤੜਕੇ ਨੂੰ ਟੈਂਡਰ ਫਲੋਟ ਹੋ ਜਾਣਗੇ, ਆਪਾਂ ਇਹਨੂੰ ਅਗਾਹਾਂ ਕਿਉਂ ਕਰਨਾ, ਅੱਗੇ ਨੂੰ ਕਿਉਂ ਪਾਉਣਾ, ਕਿਉਂ ਨਾ ਤੁਸੀਂ ਅੱਜ ਤੋਂ ਬਾਅਦ ਕਰੋ ਤਾਂ ਹਰ ਇੱਕ ਚੀਜ਼। ਉਦੋਂ ਬਾਅਦ ਮੈਂ ਗੱਲ ਕਰਨੀ ਚਾਹੁੰਦਾ ਧੂਰੀ ਦੇ ਵਿੱਚ ਮਾਰਕੀਟ ਕਮੇਟੀ ਦੇ ਨਾਲ ਮੰਡੀ ਦੇ ਵਿੱਚ ਇੱਕ ਲੱਕੜ ਮੰਡੀ ਦੀ ਜਗ੍ਹਾ ਕੱਟੀ ਹੋਈ ਆ, ਉੱਥੇ ਸਟੇਡੀਅਮ ਬਣਾ ਸਕਦੇ ਹੋ, ਤੇ ਉਹ ਪੈਸਾ ਵੀ ਤੁਹਾਨੂੰ ਮਾਰਕੀਟ ਕਮੇਟੀ ਦੇ ਸਕਦੀ ਆ, ਪ੍ਰੋਵੀਜ਼ਨ ਹੈਗੀ ਆ, ਮੈਂ ਨਹੀਂ ਬਣਵਾ ਸਕਿਆ। ਉੱਥੇ ਬੱਚਿਆਂ ਲਈ ਸ਼ੂਟਿੰਗ ਰੇਂਜ, ਉੱਥੇ ਬੱਚਿਆਂ ਲਈ ਸਵੀਮਿੰਗ ਪੂਲ, ਉੱਥੇ ਬੱਚਿਆਂ ਲਈ ਬੈਡਮਿੰਟਨ ਕੋਰਟ, ਜੋ ਚੀਜ਼ ਤੁਸੀਂ ਬਣਵਾਉਣਾ ਚਾਹੁੰਦੇ ਹੋ ਉਹ ਬਣਾ ਸਕਦੇ ਹੋ। ਤੁਸੀਂ ਇਸ ਚੀਜ਼ ਵੱਲ ਧਿਆਨ ਦਿਓ। ਆਹ ਸੜਕ ਮੈਂ ਉਰੋਂ, ਕਿਉਂਕਿ ਆਹ ਸਾਡੇ ਬਾਈਪਾਸ ਤੇ ਬਹੁਤ ਵੱਡੇ ਵੱਡੇ ਜਾਮ ਰਹਿੰਦੇ ਸੀ, ਤਕਰੀਬਨ 5.5 ਕਰੋੜ ਦੀ ਲਾਗਤ ਨਾਲ ਮੈਂ ਇਹ ਪਾਸ ਕਰਾਇਆ ਸੀ, ਵਿਦ ਡਿਵਾਈਡਰ 4 ਲੇਨ, ਤੇ ਜਨਤਾ ਨਗਰ ਦੇ ਸਾਹਮਣੇ ਜਿਹੜੀ ਉਹ ਏਰੀਆ ਜਿੱਥੇ ਪਾਣੀ ਖੜਦਾ ਪੁੱਲ ਦੇ ਨਾਲ, ਉੱਥੇ 4 ਇੱਕ ਤਰ੍ਹਾਂ ਦਾ ਵਾਟਰ ਰੀਚਾਰਜ ਕਰਨ ਵਾਸਤੇ ਸਿਸਟਮ ਬਣਾਇਆ ਸੀ, ਤਾਂ ਕਿ ਬਰਸਾਤ ਦਾ ਪਾਣੀ ਨੀਚੇ ਚਲਾ ਜਾਵੇ। ਤਾਂ ਇਹਦੇ ਵੱਲ ਨੂੰ ਧਿਆਨ ਦੇਵੋ, ਇਹਦੇ ਤੇ ਡਿਵਾਈਡਰ ਲਾਓ, ਇਹ ਸੜਕ ਨੂੰ ਕੰਪਲੀਟ ਕਰੋ। ਸੰਗਰੂਰ ਵਾਲੀ ਕੋਠੀ ਸਾਡੇ ਸ਼ਹਿਰ ਦੀ ਸ਼ਾਨ ਆ, ਸ਼ਹਿਰ ਦੇ ਵਿਚਾਲੇ ਆ, ਉਹ ਖੰਡਰ ਬਣਦੀ ਜਾ ਰਹੀ ਆ, ਤੇ ਉਹਦੇ ਤੇ ਧਿਆਨ ਦੇਵੋ। ਉੱਥੇ ਕੋਈ ਕਮਿਊਨਿਟੀ ਸੈਂਟਰ ਬਣਾ ਦਿਓ, ਜਾਂ ਸਾਰੇ ਆਫਿਸ ਜਿਹੜੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਉੱਥੇ ਲੈ ਕੇ ਆਓ, ਤਾਂ ਕਿ ਬਾਜ਼ਾਰ ਦੇ ਵਿੱਚ ਸਾਡਾ ਵਪਾਰੀ ਜਿਉਂਦਾ ਰਹਿ ਸਕੇ, ਸਾਡੇ ਦੁਕਾਨਦਾਰਾਂ ਨੂੰ ਭਰਾਵਾਂ ਨੂੰ ਫਰਕ ਹੋ ਸਕੇ। ਅੜੀ ਕੱਲ੍ਹ ਤੁਸੀਂ ਬੱਸ ਸਟੈਂਡ ਵਾਲੀ ਗੱਲ ਕਰਦੇ ਸੀ ਨਾ, ਬੱਸ ਸਟੈਂਡ ਮੈਂ ਪਾਸ ਕਰਾਇਆ ਹੋਇਆ, ਇਹ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ, ਮੈਂ ਬਾਹਰ ਬੀਨੜੇ ਕਿਉਂ ਨਹੀਂ ਲੈ ਕੇ ਗਿਆ,
क्योंकि आ सारा बाजार खत्म हो जूगा। पहला तो बाजार वाले उरों 15 किलोमीटर आपके बच्चे स्कूटर से चढ़ा जाया करेंगे, फिर उतो वापस इतने छड़ के जाया करेंगे। तो कृपा करके आ जो बाईपास से शैड बनाया यह मैं बनाया से ताकि लोग इतने खड़ने की दिक्कत आती है, इतने कोई ज्यादा हो नहीं। जेडे साडे दूर के रूट आए ने साडे कोल मलेरकोटला ककड़वाल चौंक ते संगरूर बाईपास हैगा, इत्थे जे वधिया शैड बन जाण तां आपां नूं बस स्टैंड की लोड़ नहीं, अंदरले बस स्टैंड नूं रेनोवेट कर दो, कोई प्रॉब्लम नहीं, ताकि वह पैसा तुसीं किसे होर जगह ते ला सको। तुहाडे कोल पावर आ, तुहाडे कोल सब कुछ आ, मैं तां नहीं कर सकदा सी, मैं तां इक विधायक ही कर सकदा, उहदा मिंत तरले कर सकदा जाके किसे मंत्री दे करूगा, थोड़े कोल तां बहुत पावर आ। ते धूरी दे लोकां ने थोनूं चुणिया भी तां MLA, मैं तां कल्ला उहनां नूं इक वध तों वध चनी साहब ते प्रियंका जी ने कहा कि जे साडी सरकार आउंदी आ तां इहनूं मंत्री बनावांगे, पर तुसीं तां मुख्यमंत्री चुणिया लोकां तों, तां तुहाडे ते जिम्मेवारी भी बहुत वड्डी बनदी आ। उस तों बाद मैं गल करनी चाहुंदा कि तुसीं हैल्थ सेवावां दी बहुत गल करदे हो, हैं आओ तां आपां धूरी वाला हस्पताल ठीक करिए, 1.25 साल तां हो गया, इस तों बाद कदों करांगे, इह तां 2 मिंटां दा काम आ तुहाडा, तुसीं जिते जो मर्जी ऑर्डर करो, क्यों नहीं हस्पताल ठीक हो सकदा, क्यों नहीं सारियां चीज़ां इत्थे हो सकदियां, हैं आओ आपां करिए, क्यों नहीं कर रहे। उस तों बाद मैं ITI पास करवाई सी मोलवाल ते सुल्तानपुर पिंड दी, ठीक है, सारी इत्थे पैसे पए ने, सब कुछ पिया, तुसीं उह चीज़ क्यों नहीं शुरू करवाउंदे, करवाओ लोकां नूं फायदा होवे। मैं हैरान हाँ मुख्यमंत्री साहब नूं कल पिंडां दे नूं पढ़ के भी ना लैणे आउण, हैं पर मैनूं कोई दिक्कत नहीं, मैनू लोगों ने जो दिता मैं तो इत्थी जमया, इत्थी मरना, इत्थी खेडिया, इत्थी खेडना, मेरा तो यह घर आ, मैं तो इत्थी, कोई जरूरी नहीं हुंदा भी जित हार ही बहुत चीजा हुंदिया ने, मैं आपका जिहड़ा सिस्टम आ बिल्कुल ही चेंज कर चुके हैं, क्योंकि मैं वह लीडर चो नहीं आना चाहता भी जेडे जित के काम करन, मैं तो लोग सेवा नूं अपना चुके हैं, मैं तो 24 घंटे हाजिर हाँ, जिहदा कोई नहीं उहदा दलवीर सिंह गोल्डी है, पूरे हफ्ते मेरा दफ्तर उवें चल रहा, मैं खड़ा थोड़े नाल, ते मैं जिन्नियां स्टेट दियां स्कीमां ते जिन्नियां सेंटर दियां स्कीमां, तुसीं कोई भी लोड़वंद व्यक्ति मेरे नाल संपर्क करो, मैं तुहाडे दर ते पहुंचूंगा, मैं करवा दूं, पर मेरा इहदे जित हार दा मकसद नहीं हैगा, क्योंकि मेरी इलेक्शन नूं हजे 4 साल पए ने जे मैं MLA लड़नी हुई, ठीक है ना। उदों बाद इन्हां ने इक मेरी वाइफ ते बहुत इन्हां ने करिया, मैनूं कल अफसोस भी होया, ठीक है ना, पर उही बंदे नूं कल 5 फोटो आने, 5 चो 1 ओही बाबे दी फोटो लाई है इन्होंने गवर्नमेंट ऑफ पंजाब पेज ते, जिन्हों एको बंदे ने बुलट मोटरसाइकिल दे के भी सन्मान किया है ना, ऐ छेड़न की कोशिश ना करो, करनू मैं भी सारा कुछ कर जानना, ठीक है ना, मैं पर मैनू ऐ आ भी फिर कसूरवार आ जिहड़ा वह मैं बनूंगा, ठीक है। सो इह जिहियां घटिया हरकतां ना करो, मैं बुढ़े नूं पुछना चाहुंदा भी हुण आपदे घरे आपदी धी भैण दे मगर टेंपू ला के फिरदा, हुण कित्थे फिरदा तूं, ठीक है, ये तुहाडी मानसिकता। ते मैं तुहानूं गल दसनी चाहुंदा कि मैनूं होर तां नहीं किसे ते कोई गलबात, पर मैं मेरी मां दी सौं खा के लोकां दा इकट्ठ करके कदे सच्चे होण दा प्रूफ नहीं लूंगा जिंदगी च, मेरे मां प्यो नूं मेरे ते यकीन आ, ते मैं आपदी वाइफ नूं तकड़ा करना चाह रहा, क्योंकि वह मेरे मोटे ना मोटा ला के खड़ती है, मैं कोई उन्होंने कोई खतरा नहीं है कि मैं कोई दूजा विआह करा लूं, मैं सही जे मैं उन्होंने तकड़ा करना तो मैं तकड़ा करके दिखाऊंगा। जे तुसीं ने इन्हां दीआं भेडां ने 8 सिलेंडर का नौ दिता ना, तो मैं तुहानूं दिखाऊंगा एक लेडी च 8 सिलेंडर वाली ताकत हुंदी की आ, पर पॉजिटिव विचारधारा नैगेटिव नाल नहीं, हमेशा पॉजिटिव विचारधारा नाल गल करूंगा मैं। आ ਉਹੀ ਆ ਮੇਲਾ ਇਹ ਹੈ, ਜਦੋਂ ਤੁਸੀਂ ਇਹੀ ਜਿਹੀ ਮਾਨਸਿਕਤਾ ਨੂੰ ਪ੍ਰਮੋਟ ਕਰੋਗੇ ਤਾਂ ਇਹੋ ਜਿਹੀਆਂ ਚੀਜ਼ਾਂ ਹੀ ਹੋਣੀਆਂ ਨੇ। ਆਓ ਜੇ ਕਰਨ ਵਾਲੀ ਗੱਲ ਕਰੀਏ, ਜਿਵੇਂ ਮੈਂ ਨਹੀਂ ਕਰ ਸਕਿਆ ਜੋ ਤੁਸੀਂ ਕਰ ਸਕਦੇ ਹੋ, ਸਾਡੇ ਧੂਰੀ ਬਹੁਤ ਵੱਡੀਆਂ ਵੱਡੀਆਂ ਫੈਕਟਰੀਆਂ ਨੇ, KRBL ਫੈਕਟਰੀ ਤੁਸੀਂ ਬਹੁਤ ਆਉਂਦੇ ਰਹੇ ਹੋ, ਮੇਰਾ ਪਾਣੀ ਖਰਾਬ ਆ ਜੀ, ਆਲੇ ਦੁਆਲੇ ਪਿੰਡ ਬੱਬਣਪੁਰ ਪਿੰਡ ਵਾਲਿਆਂ ਨੇ ਬਹੁਤ ਕਿਹਾ ਵੀ ਆਓ, ਤਾਂ ਹੁਣ ਦੇਖੀਏ ਯਾਰ KRBL ਨੂੰ ਕਹੋ DC ਸਾਹਿਬ ਦੇ ਨਾਲ ਵੀ ਸਾਰੀ ਦੀ ਸਾਰੀ ਫਸਲ ਸਾਡੇ ਸੰਗਰੂਰ ਜ਼ਿਲ੍ਹੇ ਚੋਂ ਚੱਕਣ, ਸਾਡੇ ਕਿਸਾਨਾਂ ਨੂੰ ਫਾਇਦਾ ਹੋਵੇ, ਤੇ ਉੱਥੇ ਜਿੰਨੇ ਬੱਚੇ ਜੋਬ ਕਰਦੇ ਨੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਜੋਬ ਮਿਲਣੀ ਚਾਹੀਦੀ ਹੈ, ਜੇ ਉਹ ਨਹੀਂ ਇਲੀਜੀਬਲ ਤਾਂ ਬਾਹਰੋਂ ਜਿੱਥੋਂ ਮਰਜ਼ੀ ਰੱਖੋ, ਉਰੇ ਅਸੀਂ ਰਾਇਸੀਲਾ ਸੰਗਰੂਰ ਮੈਂ ਤੁਹਾਨੂੰ ਦੱਸਦਾ ਪੈਪਸੀ, ਉੱਥੇ ਸਾਰਾ ਆਲੂ ਬਾਹਰਲੀਆਂ ਸਟੇਟਾਂ ਤੋਂ ਆਉਂਦਾ ਸਾਰੇ ਦਾ ਸਾਰਾ, ਤੇ ਜੇ DC ਸਾਹਿਬ ਦੇ ਚੀਜ਼ ਕਰਨ ਨੂੰ ਕੋਸ਼ਿਸ਼ ਕਰਨ ਤਾਂ ਸਾਰਾ ਆਲੂ ਉਰੇ ਉਗਾਇਆ ਜਾ ਸਕਦਾ,
ਸਾਰੇ ਕਿਸਾਨ ਉਹ ਆਲੂ ਦੇਣਗੇ ਉੱਥੇ ਤੇ ਕਿੰਨੇ ਆਪਣੇ ਨੌਜਵਾਨਾਂ ਨੂੰ ਫਾਇਦਾ ਹੋਊਗਾ। ਮੈਂ ਤਾਂ ਚੀਜ਼ ਕਰ ਨਹੀਂ ਸਕਿਆ, ਮੇਰੇ ਕੋਲ ਤਾਕਤ ਨਹੀਂ ਸੀ, ਤੁਹਾਡੇ ਕੋਲ ਤਾਂ ਮੁੱਖ ਮੰਤਰੀ ਸਾਹਿਬ ਤਾਕਤ ਆ। ਆਓ ਵਿਚਾਰਧਾਰਾ ਦੀ ਲੜਾਈ ਲੜਦੇ ਹਾਂ ਅੱਜ ਤੋਂ ਬਾਅਦ, ਤੇ ਮੈਂ ਤੁਹਾਨੂੰ ਕੰਮ ਦਿਖਾਉਂਗਾ ਵੀ ਆਹ ਕਰੋ ਤੇ ਤੁਸੀਂ ਕਰਦੇ ਜਾਓ, ਠੀਕ ਹੈ ਨਾ। ਤੁਸੀਂ ਕਰੋਗੇ ਤਾਂ ਤੁਹਾਨੂੰ ਲੋਕ ਅੱਗੇ ਸਪੋਰਟ ਕਰਨਗੇ, ਤੁਹਾਡੇ ਜਿਤਾਉਣਗੇ, ਠੀਕ ਹੈ। ਆਓ ਆਪਾਂ ਇੱਕ ਪੋਜ਼ਿਟਿਵ ਰਾਜਨੀਤੀ ਦੇ ਨਾਲ ਸ਼ੁਰੂਆਤ ਕਰੀਏ, ਪਰ ਹੁਣ ਇਹ ਨੈਗੇਟਿਵ ਪੋਲਿਟਿਕਸ ਬੰਦ ਕਰ ਦਿਓ। ਜਿਹੜੀ ਚੀਜ਼ ਕਰਨੀ ਆ ਹੁਣੀ ਕਰੋ, ਜਦੋਂ ਕਰਨੀ ਆ ਉਦੋਂ ਕਲੀਅਰ ਕਰੋ, ਤੇ ਐਵੇਂ ਇਹ ਚੀਜ਼ਾਂ ਖਹਿਰਾ ਸਾਹਿਬ ਨੇ ਆਵਾਜ਼ ਚੱਕੀ ਉਹਨਾਂ ਦੇ ਪੱਜ ਜਥੇਦਾਰ ਸਾਹਿਬ ਨੂੰ ਪੁੱਠਾ ਬੋਲਣਾ ਹੈ। ਬਾਦਲ ਸਾਹਿਬ ਜੋ ਇਸ ਦੁਨੀਆਂ ਤੋਂ ਚਲੇ ਗਏ, ਐਡਾ ਮਹਾਨ ਉਹ ਕੋਈ ਚੀਜ਼ ਤਾਂ ਹੋਊਗੀ ਨਾ, ਜਿਹੜਾ 5 ਵਾਰ ਮੁੱਖ ਮੰਤਰੀ ਰਹਿ ਗਿਆ, 11 ਵਾਰ MLA ਰਹਿ ਗਏ, ਇੱਕ ਸਿਸਟਮ ਸੀ, ਉਹਨਾਂ ਬਾਰੇ ਨੀ ਚੰਗੇ ਵਿਚਾਰ ਹੈ। ਉਦੋਂ ਬਾਅਦ ਲਾਡੀ ਸ਼ੇਰੋਵਾਲੀਆ ਨੇ ਇਹਨਾਂ ਦੇ MLA ਫੜੇ, ਉਹਦੇ ਤੇ ਪਰਚਾ, ਕੀ ਰਾਜਨੀਤੀ ਕਰਨਾ ਚਾਹ ਰਹੇ ਹਾਂ ਆਪਾਂ? ਫਿਰ ਸਾਡੇ ਤੇ ਥੋੜੇ ਜਿਹੇ ਫਰਕ ਕੀ ਰਹਿ ਗਿਆ? ਫਿਰ ਸਾਨੂੰ ਲੋਕਾਂ ਨੇ ਤਾਂ ਹੀ ਹਰਾਇਆ ਸੀ ਨਾ ਵੀ ਇਹੋ ਜਿਹੇ ਕੰਮ ਕਰਦੇ ਨੇ। ਤਾਂ ਤੁਸੀਂ ਤਾਂ ਪੋਜ਼ਿਟਿਵ ਕਰੋ ਨਾ, ਤੁਸੀਂ ਕਿਉਂ ਨੀ ਕਰਦੇ, ਠੀਕ ਹੈ ਨਾ। ਤੇ ਜ਼ਿੰਦਗੀ ਇੱਕ ਮਿਲਦੀ ਆ ਬੰਦੇ ਨੂੰ, ਤੇ ਇੱਕ ਜ਼ਿੰਦਗੀ ਮੈਂ ਲੇਖੇ ਲਾਉਣੀ ਆ ਲੋਕਾਂ ਦੇ, ਤੇ ਮੈਨੂੰ ਕੋਈ ਡਰ ਨੀ, ਮੈਨੂੰ ਕੋਈ ਭੈ ਨੀ। ਪਰਮਾਤਮਾ ਤਾਕਤ ਦੇਵੇ, ਜਿੰਨਾ ਟਾਈਮ ਸਾਹ ਨੇ ਸਰੀਰ ਚ ਓਨਾ ਟਾਈਮ ਅਡੋਲ ਰਹੂੰਗਾ, ਆਪਦੇ ਇਰਾਦਿਆਂ ਤੇ ਮਜ਼ਬੂਤ ਰਹੂੰਗਾ, ਤੇ ਹਮੇਸ਼ਾ ਲੋਕਾਂ ਦੀ ਸੇਵਾ ਕਰਦਾ ਰਹੂੰਗਾ। ਪਰ ਜੋ ਚੀਜ਼ ਕਰਨੀ ਆ ਵਧੀਆ ਤਰੀਕੇ ਨਾਲ ਇੱਕ ਪੋਜ਼ਿਟਿਵ ਵੇ ਨਾਲ ਕਰੀਏ। ਇੰਨਾ ਕਹਿਣਾ ਹੋਇਆ, ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਉਮੀਦ ਕਰਦਾ ਵੀ ਮੇਰੀ ਗੱਲ ਇਹ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਕੋਲੇ ਪਹੁੰਚਣੀ ਚਾਹੀਦੀ ਆ, ਤੇ ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਇਹ ਹੁਣ ਖਤਮ ਕਰ ਦਈਏ, ਨਹੀਂ ਜਿਹੜੀ ਭਾਸ਼ਾ 'ਚ ਤੁਸੀਂ ਗੱਲ ਕਰੋਗੇ ਉਸੇ ਭਾਸ਼ਾ 'ਚ ਮੈਂ ਗੱਲ ਕਰੂੰਗਾ, ਤੇ ਉਹਦਾ ਕੋਈ ਫਾਇਦਾ ਨਹੀਂ ਹੋਣਾ, ਠੀਕ ਹੈ ਨਾ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।